ਮੈਂ ਪਹੁੰਚ ਗਿਆ ਆਪਣੇ ਮਰੱਬੇ ਜਿੱਥੇ ਅਸੀਂ ਪਾਣੀ ਲਾਉਣਾ ਵਾ ਅਤੇ ਮੈਂ ਤੁਹਾਨੂੰ ਵਿਖਾਉਂਦਾ ਆਪਣੀ ਕਣਕ ਅਤੇ ਕਮਾਦ ਜਿੱਥੋਂ ਅਸੀਂ ਉਦੋਂ ਕਮਾਦ ਵੱਢਿਆ ਸੀ ਉਹ ਸਾਡਾ ਸਾਹਮਣੇ ਕਮਾਦ ਖਲੋਤਾ ਹੋਈ ਤੁਹਾਨੂੰ ਵਿਖਾਉਂਦਾ ਇਹ ਸਾਡਾ ਖਸਤਾ ਹਾਲਤ ਵਿੱਚ ਖਾਲਾ ਆ ਗਿਆ ਹਾਲਤ ਤਾਂ ਬਹੁਤ ਬੁਰੀ ਹੈ ਅਤੇ ਇਹ ਸਾਡਾ ਜਿਹੜਾ ਕਮਾਦ ਆ ਅਤੇ ਕਮਾਦ ਵੀ ਖਾਲਾ ਇੱਥੇ ਬਹੁਤ ਚੌੜਾ ਅਤੇ ਤਿਲਕਣਾ ਖਾਲਾ ਇੱਧਰ ਸਾਡੇ ਨਾਲ ਦੇ ਹਮਸਾਇਆਂ ਦੀ ਸਬਜ਼ੀ ਲੱਗੀ ਹੋਈ ਆ ਆ ਕਮਾਦ ਤੋਂ ਕਮਾਦ ਵਿੱਚ ਪਾ ਕੇ ਅਤੇ ਇੱਥੋਂ ਲੈ ਕੇ ਅਤੇ ਉਹ ਜਿੱਥੇ ਕਿੱਕਰ ਆ ਨਾ ਕਿੱਕਰ ਤਾਂ ਇਹ ਸਾਡੇ ਬਣਨੇ ਆ 2.5 ਕਿੱਲੇ ਅਤੇ ਲੰਮੇ ਲੰਮੇ ਪਲਾਟ ਆ ਅਤੇ ਪਲਾਟ ਅਸੀਂ 5 ਕੀਤੇ ਹੋਏ ਨੇ ਅਤੇ 5 ਘਰੇ ਆ ਸਾਡੇ ਤੋੜੋ ਤੋੜ ਅਤੇ ਮੈਂ ਠੱਲ ਵੇਖ ਲਵਾਂ ਲੱਗੀ ਜਾਂ ਨਹੀਂ ਲੱਗੀ ਅੱਗੇ ਅਤੇ ਇੱਥੇ ਤੱਕ ਆ ਸਾਡਾ ਇੱਥੇ ਤੱਕ ਸਾਡੀ ਕਣਕ ਆ ਅਤੇ ਆ ਠੱਲ ਗਈ ਆ ਠੱਲ ਤਾਂ ਮੈਂ ਹੁਣ ਮਿੱਟੀ ਥੋੜ੍ਹੀ ਰੱਖਣੀ ਤਾਂ ਕਿ ਡਿੱਗੇ ਨਾ ਮੁੜ ਕੇ ਖਲ ਵਗੇ ਨਾ ਮਿੱਟੀ ਮੈਂ ਰੱਖ ਦਿੱਤੀ ਜਾਵੇ ਤੁਸੀਂ ਅੱਗੇ ਨਾਲੋਂ ਜ਼ਿਆਦਾ ਉੱਚਾ ਹੋ ਗਿਆ ਅਤੇ ਹੁਣ ਚੱਲਦਾ ਉੱਥੇ ਪਿੱਛੇ ਟਰਪੈਨ ਕੋਲ ਹੁਣ ਇਹ ਫੱਟੀ ਬਦਲਣੀ ਹੈ ਫੱਟੀ ਕੁੰਡੀ ਕਿੱਧਰ ਲਾਉਣੀ ਆਪਾਂ ਨੇ ਸਿੱਧਾ ਉਹ ਖਾਲੇ ਜਾਣਾ ਅਤੇ ਉਹ ਟਰਪੈਨ ਕੋਲ ਉੱਥੇ ਹੁਣ ਮੈਨੂੰ ਚੜ੍ਹ ਕੇ ਫੱਟੀ ਲਾਉਣੀ ਪੈਣੀ ਅਤੇ ਉਹ ਵੀ ਕਰਨਾ ਪੈਣਾ ਫੱਟੀ ਮੈਂ ਬਦਲ ਦਿੱਤੀ ਹੈ ਪਾਣੀ ਵੱਲੋਂ ਕਿ ਸਪੀਡ ਨਾਲ ਜਾ ਰਿਹਾ ਹੁਣ ਚੱਲਦਾ ਟਰਪੈਨ ਲੈ ਦੇਖੋ ਪਾਣੀ ਦੀ ਸਪੀਡ ਚੈੱਕ ਕਰੋ ਮਾਸ਼ਾਅੱਲਾ ਹੁਣ ਅਸੀਂ ਜੋੜਨੀ ਆ ਹੁਣ ਅਸੀਂ ਜੋੜਨ ਲੱਗੇ ਟਰਪੈਨ ਅਤੇ ਮੇਰਾ ਅੱਬੂ ਜਦੋਂ ਮੈਂ ਬੈਲ ਬਾਲ ਪਰ ਕੱਢਦਾ ਤਾਂ ਅੱਬੂ ਵੀਡੀਓ ਨਹੀਂ ਭਰਾ ਦਿੰਦਾ ਅੱਬੂ ਦਾ ਕੀ ਤੂੰ ਮਿੰਟ ਮਿੰਟ ਬਾਅਦ ਬੈਲ ਕਰ ਲੈਂਦਾ ਇਸ ਤੋਂ ਮੈਂ ਟਰਪੈਨ ਜੋੜ ਜੁੜ ਕੇ ਫਿਰ ਵੀਡੀਓ ਬਣਾਵਾਂਗਾ ਜੇ ਭਰੀ ਕਿਹਦੇ ਵਿੱਚ ਅਤੇ ਫਿਰ ਭਰ ਲਵਾਂਗਾ ਇਨਸ਼ਾਅੱਲਾ ਠੀਕ ਹੋ ਗਿਆ ਠੀਕ ਹੋ ਗਿਆ ਮੁੜ ਕੇ ਫਿਰ ਉਹ ਆਉਂਦੇ ਜਾਣਾ ਪਏਗਾ ਇੱਥੇ ਇੱਥੇ ਛੱਡ ਕੇ ਰਸਤਾ ਲਿਆ ਬਸ ਜੀ ਅਲਹਮਦੁਲਿਲਾ ਟਰਪੈਨ ਅਸੀਂ ਚਲਾ ਲਈ ਹੈ ਅਤੇ ਮੇਰੇ ਹੱਥ 'ਚ ਕਹੀ ਆ ਅਤੇ ਮੈਂ ਪਾਣੀ ਲਾਉਣ ਡਿਆ ਹੁਣ ਅਤੇ ਤੁਹਾਨੂੰ ਆਵਾਜ਼ ਆਉਂਦੀ ਹੋਵੇਗੀ ਟਰੈਕਟਰ ਦੀ ਹੁਣ ਵੀ ਇਹਨਾਂ 'ਤੇ ਟਰਪੈਨ ਲਾਈ ਆ ਪਹਿਲੇ ਸ਼ਾਫਰ ਨਹੀਂ ਸੀ ਮਿਲਣ ਲਈ ਉਹ ਬੰਦੇ ਨਹੀਂ ਸੀ ਆਇਆ ਘਰੋਂ ਅਤੇ ਫਿਰ ਬੰਦੇ ਆਏ ਸ਼ਾਫਰ ਲਈ ਸ਼ਾਫਰ ਲਾ ਕੇ ਟਰਪੈਨ ਚਲਾਈ ਠੱਲ ਠੁੱਲ ਲਾਈ ਆ ਅਤੇ ਟਰਪੈਨ ਦੀ ਵੀਡੀਓ ਮੈਂ ਜਾ ਕੇ ਤੁਹਾਨੂੰ ਵਿਖਾਵਾਂਗਾ ਟਰਪੈਨ ਵੀ ਕਿਵੇਂ 'ਚ ਚੱਲਣ ਡਈ ਹੈ ਅਤੇ ਕਿਵੇਂ ਦਾ ਸੀਨ ਆ ਟਰਪੈਨ ਦਾ ਪਾਣੀ ਲਿਆ ਪਹੁੰਚ ਗਿਆ ਉਹ ਅਸੀਂ ਖਾਦ ਦੁੱਧ ਵੀ ਰੱਖੇ ਅਤੇ ਕਮਾਦ ਅਤੇ ਪਾਣੀ ਇੱਥੇ ਪਹੁੰਚ ਗਿਆ ਫਿਰ ਤਕਰੀਬਨ 4 ਕਿੱਲਿਆਂ ਪਾਉਂਦਾ 5-6 ਕਿੱਲਿਆਂ ਅਤੇ ਆ ਇੱਥੇ ਪਹੁੰਚ ਗਿਆ ਪਾਣੀ ਮੈਂ 2 ਨੱਕੇ ਛੱਡ ਦਿੱਤੇ 1 ਨੱਕਾ ਛੱਡਿਆ ਜਿਹੜਾ ਅਤੇ ਇੱਕ ਉਹ ਪਹਿਲਾਂ 2 ਨੱਕੇ ਨੇ 1 ਕਿਆਰੇ ਦੇ ਅਤੇ ਇੱਥੇ 4 ਕਿਆਰੇ ਨੇ ਅਤੇ ਜਿਸੇ ਹਰ ਕਿਆਰੇ ਨੇ 2-2 ਨੱਕੇ ਕੀਤੇ ਆਹ ਟਰਪੈਨ ਆ ਦੋਸਤੋ ਜੀ ਅਸੀਂ ਚਲਾਈ ਆ ਗਏ ਉਹਦੀ ਪ੍ਰਿੰਸਪਲ ਮਿਲਾਈ ਸੀ ਠੱਲ ਨਾ ਇੱਥੋਂ ਵਗਣ ਲੱਗ ਪਈ ਸੀ ਇਹਨੂੰ ਮੈਂ ਸੈੱਟ ਕੀਤਾ ਪਾਣੀ ਤਕਰੀਬਨ ਇੱਥੇ ਖਾਲੇ ਪੂਰੇ ਪਹੁੰਚ ਚੁੱਕਿਆ ਅਤੇ ਵੱਟਾਂ ਕਿਆ ਬੜਾ ਬੁਰਾ ਡਿੱਗਿਆ ਬਚ ਗਿਆ ਲੱਗਦਾ ਕਰੇ ਮੈਂ ਇਹਨੂੰ ਪਾਣੀ ਥੋੜ੍ਹਾ ਥੋੜ੍ਹਾ ਹਜੇ ਵੀ ਨਹੀਂ ਚੜਿਆ ਆਪਾਂ ਇਸ ਕਿਆਰੇ ਨੇ ਜੇ ਪਾਣੀ ਨਹੀਂ ਚੜਿਆ ਹਾਲੇ ਪਾਣੀ ਖਾਲਾ ਪੂਰਾ ਹੋਇਆ ਨਾ ਬਰਾਬਰ ਜਦੋਂ ਅਤੇ ਫਿਰ ਪਾਣੀ ਇੱਧਰ ਐਂ ਵੀ ਜਾਣਾ ਕਣਕ ਨੂੰ ਅਤੇ ਉਹ ਨੱਕਾ ਵੀ ਤੁਹਾਨੂੰ ਵਿਖਾ ਦਿੰਦਾ ਇਹ ਨੱਕਾ ਵੀ ਅਜੇ ਪਾਣੀ ਨਹੀਂ ਚੜਿਆ ਵੀ ਅਜੇ ਪਾਣੀ ਉਹ ਵੇਲੇ ਸਿੱਧਾ ਗਾਹਾਂ ਜਾ ਰਿਹਾ ਇੰਸਪਾਇਰ ਹੋ ਕੇ ਅਤੇ ਵਲੋਗ ਬਣਾਉਣੇ ਸ਼ੁਰੂ ਕੀਤੇ ਆ ਅਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਹੋਣਗੇ ਹੁਣ ਤੁਸੀਂ ਕਮੈਂਟ 'ਚ ਦੱਸਣਾ ਕਿ ਮੇਰੇ ਵਲੋਗ ਤੁਹਾਨੂੰ ਪਸੰਦ ਆਉਂਦੇ ਜਾਂ ਨਹੀਂ ਆਉਂਦੇ
ਯੈਸ ਨੋ ਦੇ ਵਿੱਚ ਜਵਾਬ ਤੁਸੀਂ ਜ਼ਰੂਰ ਦੇਣਾ। ਇਹ ਪਾਣੀ ਹੁਣ ਮਾਸ਼ਾਅੱਲਾ ਪੈਣ ਲੱਗ ਪਿਆ ਫਸਲਾਂ ਨੂੰ, ਅਤੇ ਆਹ ਵੇਖੋ ਪਾਣੀ, ਦੇਖੋ ਮਾਸ਼ਾਅੱਲਾ ਪਾਣੀ ਹੁਣ ਫਸਲਾਂ ਤੁਰਨ ਲੱਗ ਪਿਆ। ਅਤੇ ਇਹ ਸਾਡੀ ਸਾਰੀ ਕਣਕ ਆ ਤਕਰੀਬਨ ਹਕੀਕਰ ਤੱਕ ਆ 2 ਕਿੱਲੇ, ਯਾਨੀ ਕਿ 4 ਕਿਆਰੇ ਨੇ ਅਤੇ ਤੋੜੋ ਤੋੜ ਪਲਾਟ ਹੀ ਨੇ ਸਾਰੇ। ਬੰਦੇ ਨੇ 4 ਪਣਾਂ ਲੱਦੀਆਂ ਅਤੇ ਚੜ੍ਹਾਈ ਵੀ ਵੱਲੋਂ ਕਿੰਨੀ ਤਾਂ ਫੁੱਲ ਚੜ੍ਹਾਈ ਪੈਂਦੀ ਹੈ, ਅਤੇ ਪਤਾ ਨਹੀਂ ਲੜੀ ਲੰਘਦੀ ਅੱਧੀ ਕਿ ਨਹੀਂ ਖੋਤੀ ਲੈ ਕੇ। ਔਖੀ ਗੱਲ ਹੀ ਹੈ, ਐਵੇਂ ਲੈ ਜਾਵੇ ਪੰਨਾਂ ਹੀ ਬਹੁਤ ਵਧਣੀ ਹੁੰਦੀਆਂ ਕਿੰਨੇ ਖੂਬੇ ਨੇ। ਔਖੀ ਵਾਲਾ ਰੈਂਪ ਆ ਗਿਆ ਇੱਥੋਂ, ਆਹ ਰੈਂਪ ਦਾ ਤਾਂ ਖੋਤੀ ਵੇਖੋ ਚੜ੍ਹਦੀ ਕਿ ਨਹੀਂ। ਹੁਣ ਕੈਮਰਾਮੈਨ ਆਇਆ ਕੋਈ, ਜਿਹੜਾ ਕੈਮਰਾ ਉੱਥੇ ਲੈ ਕੇ ਜਾਵੇ। ਬੜੀ ਮਿਹਰਬਾਨੀ, ਬੜੀ ਔਖੀ ਗਈ ਹੈ ਪਰ ਧੱਕਾ ਲਾ ਲੂੰਗਾ ਅਤੇ ਮੈਂ ਵੀ ਕਈ ਫੜਾਂ ਅਤੇ ਚੈੱਕ ਕਰਾਂ। ਆਹ ਸਾਡੀ ਮੋਗੇ ਦੀ ਸੂਰਤ ਹਾਲ ਆ, ਤੁਸੀਂ ਵੇਖ ਸਕਦੇ ਜੀ। ਆਹ ਸਾਡਾ ਮੋਗਾ ਅਤੇ ਆਹ ਨਹਿਰ ਆ ਸਾਡੇ ਨਾਲ, ਉਹ ਹੀ ਨਾਲ ਟਰਪੈਨ ਚੱਲਣ ਡਈ ਆ ਅਤੇ ਤਕਰੀਬਨ 12-13 ਘੰਟੇ ਲੈ ਜਾਣੇ ਟਰਪੈਨ ਨੂੰ। ਤਾਂ ਦੋਸਤੋ ਮੈਨੇ ਆਪਣੀ ਜੁੱਤੀ ਲਾਹ ਦਿੱਤੀ ਹੈ, ਕਿਉਂਕਿ ਬੰਨਿਆਂ ਤੁਰਨਾ ਇੰਨਾ ਸੌਖਾ ਨਹੀਂ ਹੈਗਾ ਅਤੇ ਬੰਦਾ ਡਿੱਗਦਾ ਰਹਿੰਦਾ ਜੇ ਜੁੱਤੀ ਪਾਈ ਉਹ ਅਤੇ ਪੈਰ ਸਲਿੱਪ ਹੋ ਜਾਂਦਾ। ਅਤੇ ਆ ਕਿਆਰਿਆਂ ਨੂੰ ਕਾਫੀ ਦੇਰ ਹੋ ਗਈ ਪਾਣੀ ਪੀਂਦਿਆਂ, ਤਾਂ ਮੈਂ ਚੈੱਕ ਕਰ ਲਵਾਂ ਕਿ ਕਿੰਨੇ ਕਿੰਨੇ ਕਿਆਰੇ ਹੋ ਗਏ। ਇਹ ਤਕਰੀਬਨ ਅੱਧਿਓਂ ਥੋੜ੍ਹਾ ਕਿਆਰਾ ਆਇਆ, ਕਿਉਂਕਿ ਖਾਲਾ ਉੱਥੇ ਆ ਅਤੇ ਜਿਹੜਾ ਨਾ ਪਾਣੀ ਉਹ ਆਇਆ ਵਾ ਤਕਰੀਬਨ ਇੱਥੇ ਤੱਕ, ਆਪੇ ਤੁਹਾਨੂੰ ਦੱਸਦਾ ਲਾਓ ਇੱਥੇ ਤੱਕ ਪਾਣੀ ਆ ਅਤੇ ਕਿਆਰਾ ਉੱਥੇ ਆ ਅਤੇ ਇਹ ਜੇ ਤੋੜ ਤੋੜ ਜਾਣਾ। ਅਤੇ ਅੱਬੂ ਚਲੇ ਗਏ ਨੇ ਮਰੋਟ, ਮਰੋਟ ਗਏ ਨੇ ਅਤੇ ਅੱਬੂ ਮੈਨੂੰ ਕਹਿ ਗਏ ਨੇ ਕਿ ਕਿਆਰਾ ਜਦੋਂ ਰਹਿੰਦਾ ਹੋਵੇ ਨਾ, ਜਦੋਂ 4 ਕਰਮਾ ਕਿਆਰਾ ਰਹਿੰਦਾ ਹੋਵੇ ਅਤੇ ਕਿਆਰਾ ਬੰਨ ਦੇਣਾ, ਕਿਉਂਕਿ ਅਗਰ ਨਹਿਰੀ ਪਾਣੀ ਹੋਵੇ ਅਤੇ 10 ਕਰਮਾਂ ਪਿਛਾਂ ਹੋਵੇ ਪਾਣੀ ਤਾਂ ਬੰਨ ਦੇਈਦਾ। ਇਹ ਹੈਗਾ ਵਾ ਟਰਪੈਨ ਦਾ ਪਾਣੀ, ਇਹਨੇ ਜਾਣਾ ਆਸਤਾ ਆਸਤਾ, ਇਸ ਤੋਂ 4 ਕਰਮਾਂ ਘੱਟ ਬੰਨ ਦੇਣਾ। ਗੱਲਾਂ ਵੀ ਸੋਚ ਸੋਚ ਕੇ ਕਰਨੀਆਂ ਪੈਂਦੀਆਂ, ਇਸ ਤਰ੍ਹਾਂ ਹੀ ਹੋ ਸਕਦਾ ਕਿ ਨਹੀਂ। ਅੱਛਾ, ਅਤੇ ਹੁਣ ਤਕਰੀਬਨ 1 ਕਿਆਰੇ ਨੂੰ ਪਾਣੀ ਛੱਡਿਆ, ਤਕਰੀਬਨ ਹੁਣ ਟਾਈਮ ਹੋ ਗਿਆ ਤਕਰੀਬਨ 12:30 ਵਜੇ, ਹਾਂ 12:30 ਵਜੇ, ਅਤੇ ਕਿਆਰੇ ਨੂੰ ਉਹਦਾ ਪਾਣੀ ਛੱਡਿਆ 11 ਵਜੇ ਦਾ, 11:30 ਵਜੇ ਪਾਣੀ ਪੈਣ ਲੱਗ ਗਿਆ ਸੀ। ਅਤੇ ਇਹ 4 ਕਿਆਰੇ ਆ ਅਤੇ 2 ਕਿੱਲੇ ਆ, 4 ਕਿਆਰੇ ਮਤਲਬ ਪਲਾਟ ਨੇ ਅਤੇ 2 ਕਿੱਲੇ ਆ, 2-4 ਕਿਆਰੇ ਹੋਣੇ, 1 ਕਿਆਰਾ ਵਿਘੇ ਦਾ ਇੱਕ। ਅਤੇ ਪਾਣੀ ਸਾਨੂੰ ਇੱਥੇ ਤਕਰੀਬਨ 12:00 ਵਜੇ, ਸਾਨੂੰ 8 ਜਾਂ 9 ਵਜਣੇ ਸ਼ਾਮ ਦੇ। ਅਤੇ ਮੇਰਾ ਨਹੀਂ ਖਿਆਲ ਕਿ ਵਲੋਗ 15-20 ਮਿੰਟਾਂ ਦਾ ਹੋਣਾ ਚਾਹੀਦਾ, ਕਮ ਸੇ ਕਮ 6-7 ਮਿੰਟਾਂ ਦਾ ਹੋਣਾ ਚਾਹੀਦਾ। ਅਗਰ ਵਲੋਗ 6-7 ਮਿੰਟਾਂ ਦਾ ਹੋਵੇ ਸਹੀ ਆ, ਤਾਂ ਤੁਸੀਂ ਆਪਣੀ ਆਪਣੀ ਰਾਏ ਕਮੈਂਟ 'ਚ ਜ਼ਰੂਰ ਦਿਓ, ਕਿਉਂਕਿ ਮੈਂ ਤੁਹਾਨੂੰ ਇਹ ਫਨੀ ਫਨੀ ਗੱਲਾਂ ਕਰਕੇ ਤੁਹਾਨੂੰ ਮੇਰਾ ਕੰਮ ਹੈ ਹਸਾਉਣਾ, ਕਿਉਂਕਿ ਮੈਂ ਬੋਲਤਾ ਹੂੰ ਗੁਲਾਬੀ ਉਰਦੂ ਬੋਲਣੀ। ਅੱਛਾ, ਅਤੇ ਕੋਈ ਨਹੀਂ ਯਾਰ, ਕੋਈ ਸਾਡੀ ਵੀਡੀਓ ਵੇਖ ਕੇ ਹੱਸੇਗਾ ਅਤੇ ਸਾਨੂੰ ਵੀ ਦਿਲੋਂ ਖੁਸ਼ੀ ਹੋਏਗੀ। ਤੁਸੀਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਤੁਹਾਡਾ ਕੀ ਜਾਣਾ, ਇੱਕ ਲਾਲ ਬਟਨ ਆਉਂਦਾ ਸਬਸਕ੍ਰਾਈਬ ਦਾ, ਉਹਨੂੰ ਵੀ ਲਾਜ਼ਮੀ ਨੱਪਣਾ। ਅਤੇ ਹੋਰ ਤੁਸੀਂ ਇਹੀ ਇੱਕ ਕੰਮ ਕਰ ਸਕਦੇ ਨੇਕੀ ਦਾ, ਅਤੇ ਕਰ ਦਿਓਗੇ ਅਤੇ ਸਲੂਟ ਆ ਤੁਹਾਨੂੰ। ਅਗਰ ਇਹ ਤੁਹਾਨੂੰ ਵਲੋਗ ਚੰਗਾ ਲੱਗਾ ਹੋਵੇ, ਇੰਟਰਟੇਨਮੈਂਟ ਤੁਹਾਨੂੰ ਕਰਦਾ ਹੋਵੇ ਅਤੇ ਸਹੀ ਲੱਗੇ ਅਤੇ ਲਾਈਕ ਜ਼ਰੂਰ ਕਰ ਦਿਓ, ਅਤੇ ਨਾਲ ਹੀ ਸਾਡੇ ਜਿਹੜਾ ਚੈਨਲ ਆ ਲਾਲ ਬਟਨ ਆਉਂਦਾ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਗਰ ਤੁਸੀਂ ਇਹ ਸਭ ਕੁਛ ਕਰੋਗੇ ਤਾਂ ਸਾਡਾ ਮਨ ਬਹੁਤ ਖੁਸ਼ ਹੋਏਗਾ ਅਤੇ ਫਿਰ ਅਸੀਂ ਬਹੁਤੇ ਚੰਗੇ ਤੋਂ ਚੰਗੇ ਵਲੋਗ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਨਸ਼ਾਅੱਲਾ। ਦੋਸਤੋ ਮੇਰੇ ਲਈ ਇਹ ਚਾਏ ਔਰ ਪਾਣੀ ਆਇਆ ਹੈ ਸਾਡੇ ਘਰੋਂ, ਕਿਉਂਕਿ 2:25 ਅਤੇ 25 ਮਿੰਟ ਹੋ ਗਏ ਆ ਅਤੇ 11:30 ਪਾਣੀ ਛੱਡਿਆ ਸੀ 1 ਕਿਆਰੇ ਨੂੰ, ਅਤੇ ਹਾਲੇ ਤੱਕ ਸਿਰਫ 1 ਕਿਆਰਾ ਭੇਜਿਆ ਅਤੇ 1:50 ਦੇ ਫਿਰ ਦੂਸਰੇ ਕਿਆਰੇ ਨੂੰ ਛੱਡਤਾ ਸੀ, ਹੁਣ ਦੂਸਰੇ ਕਿਆਰੇ ਨੂੰ ਪਾਣੀ ਪੈਣ ਡਿਆ।
ਤੇ ਕਰਨ ਬਹੁਤ ਦੇਰ ਲਈ ਸੀ ਤੇ ਹੁਣ ਵੇਖਦੇ ਹਾਂ ਕਿੰਨੀ ਦੇਰ ਲੈਂਦਾ ਦੂਸਰਾ ਚਾਰਾ। ਆ ਵੇਖ ਲਓ ਠੰਡ ਹੈਗੀ ਆ ਜ਼ਿਆਦਾ ਤੇ ਬੰਦੇ ਨੇ ਛਾਲ ਮਾਰਤੀ ਹੈ ਛੋਟਾ ਜਿਹਾ। ਹਾਂ ਠੰਡ ਹੈਗੀ ਆ ਇੰਜੋਏ ਕਰ ਰਿਹਾ ਸਰਦੀਆਂ ਦੇ ਵਿੱਚ ਪਾਣੀ ਦੇ ਟੈਂਕ ਨਹਾ ਕੇ ਥੱਲੇ ਪਾਣੀ ਦੇ ਸਾਫਰਾ ਟਰਪੈਨ ਆ ਬਹੁਤ ਟਰਪੈਨਾਂ ਹੁਣ ਫਿਰ ਬੱਚੇ ਆ ਗਏ ਹੁਣ ਪੱਟੇ ਪਟਾ ਦੀ ਟਰਪੈਨਾ ਮੁੱਕ ਗਈਆਂ। ਅਸੀਂ 8:30 ਵਜੇ ਟਰਪੈਨ ਚਲਾਈ ਆ ਅਤੇ ਹੁਣ ਤਕਰੀਬਨ 4:30 ਹੋ ਗਏ ਆ ਅਤੇ ਹਾਲੇ ਤੱਕ 2 ਅਤੇ ਤੀਸਰਾ ਕਿਆਰਾ ਅੱਧਾ ਹੋਇਆ ਅਤੇ ਹਾਲੇ ਤੱਕ ਚੱਲਣ ਡੀ ਆ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਸਾਨੂੰ 8 ਵੱਜ ਜਾਣੇ ਰਾਤ ਦੇ। ਅਤੇ ਆਹ ਵੇਖੋ ਪਾਣੀ ਦਾ ਪਤਾ ਨਹੀਂ ਮੇਰੇ ਖਿਆਲ ਆ ਬੰਨਾ ਤਰਦਾ ਪਿਆ ਬੰਨਾ ਫਿਰ ਤਰਨ ਡਿਆ ਅਤੇ ਉੱਥੋਂ ਵਗਣ ਡਿਆ ਬੰਨਾ ਤਰ ਕਰਕੇ ਅਤੇ ਹੁਣ ਮਾਸ਼ਾਲਾ ਸਰਦੀ ਘੱਟ ਗਈ ਅੱਗੇ ਨਾਲੋਂ ਕਾਫੀ ਅਤੇ ਦਿਨ ਵੀ ਬਹੁਤੇ ਲੰਮੇ ਹੋ ਗਏ ਆ ਕੋਈ ਅੱਧਾ ਪੌਣਾ ਘੰਟਾ ਦਿਨ ਲੰਮੇ ਹੋ ਗਏ ਆ ਅਤੇ ਹੁਣ ਧੁੱਪਾਂ ਸ਼ਦੀਦ ਲੱਗਣ ਲੱਗ ਪਈਆਂ ਨੇ ਅਤੇ ਇਨਸ਼ਾਲਾ ਆਸਤਾ ਆਸਤਾ ਸਰਦੀ ਜਾਂਦੀ ਰਹੇਗੀ। ਹੋਰ ਦੱਸਾਂ ਦਿਨਾਂ 'ਤੇ ਮਾਲ ਜਿਹੜਾ ਡੰਗਰ ਅੰਦਰ ਬਣਾਉਂਦੇ ਆ ਉਹ ਬਾਹਰ ਬਣੀਜਣ ਲੱਗ ਪੈਣਗੇ। ਉਹ ਤੁਹਾਨੂੰ ਦਿਸਦਾ ਹੋਵੇਗਾ ਕਿ ਧੂੰਆਂ ਨਿਕਲਣ ਡਿਆ ਸ਼ਾਮ ਦਾ ਟਾਈਮ ਆ ਅਤੇ ਸ਼ਾਮ ਦਾ ਟਾਈਮ ਨਾ ਹੁਣ ਪਾਣੀ ਮੇਰੇ ਖਿਆਲ ਬਹੁਤਾ ਗਰਮ ਹੋ ਗਿਆ ਧੂੰਆਂ ਨਿਕਲਣ ਡਿਆ ਪਾਣੀ 'ਚ। ਘਰ ਚੱਲੇ ਸੀ ਘਰ ਚੱਲੇ ਜੇ ਕਿੱਥੇ ਗਾ ਘਰ ਤੁਹਾਡਾ ਇੱਥੇ ਕੀ ਆ ਚਲੋ ਰੱਖਣੇ ਬਾਬਾ ਮਾਰਦਾ ਬੜੇ ਤੁਸੀਂ ਡਾਚੀਆਂ ਨੇ ਸ਼ੋਰ ਬਹੁਤ ਮਾਰ ਰਿਹਾ ਡਾਚੀਆਂ ਦਾ ਬਹੁਤ ਦਲੀਲ ਕਰਦਾ ਇਹ ਵੇਖੋ ਡਰ ਲੱਗਦਾ ਮੈਨੂੰ ਖਤਰਾ ਲੱਗਣ ਡਿਆ ਕੁਛ ਕਰਨ ਵਾਲੇ ਨੂੰ ਮੈਨੂੰ ਬਹੁਤ ਡਰ ਲੱਗ ਰਿਹਾ ਬਾਬੇ ਨਾਲ ਪੱਠੇ ਰਖਾਏ ਆ ਤੇ ਬਾਬਾ ਡਾਕਟਰ ਲੈ ਚੱਲਾਂ ਮੈਨੂੰ ਤਾਂ ਡਰ ਲੱਗਦਾ ਬਹੁਤ ਔਖਾ ਕੰਮ ਹੈ ਡਾਕਟਰ ਵਾਲਾ ਯਾਰ ਬਹੁਤ ਔਖਾ ਕੰਮ ਬਹੁਤ ਮਾਰ ਰਿਹਾ ਬੱਚਾ ਡਾਕਟਰ ਨੂੰ ਬਹੁਤ ਬਾਬਾ ਜੀ ਉਹ ਸਿੱਖ ਰਹਿੰਦੇ ਨੇ ਅਤੇ ਇਹਨਾਂ ਨੇ ਉਹ ਚੱਲੇ ਆਪਣੇ ਘਰ ਅਤੇ ਮੈਂ ਵੀ ਚੱਲਣਾ ਪਾਣੀ ਨੂੰ ਅਤੇ ਟਰਪੈਨ ਚੱਲਣ ਡਈ ਆ ਜੇ ਬੜਾ ਔਖਾ ਬਾਬਾ ਨੇ ਸੈੱਟ ਕੀਤਾ ਪੱਠੇ ਰੱਖੇ ਆ ਤਾਂ ਹੁਣ ਡਾਕੀਆਂ ਨੇ ਤੰਗ ਕਰਨ ਡੀਆਂ ਬਾਬਰ ਖਾਣ ਡੀਆਂ ਅਤੇ ਇਹ ਮੁੰਡਾ ਬਾਬਰ ਮੋੜ ਰਿਹਾ ਹੈਗਾ ਕਿ ਪੱਠੇ ਦੇ ਖਾਣ ਨਾ ਅਤੇ ਕਿਉਂਕਿ ਨਾ ਉੱਥੇ ਕੋਈ ਬੱਕਰੀਆਂ ਵਗੈਰਾ ਹੈਗੀਆਂ ਉਹਨਾਂ ਨੂੰ ਪਾਉਣੇ ਇਹਨਾਂ ਨੂੰ ਤਾਂ ਕਰਕੇ ਨਾ ਬਚਾਉਣ ਡੇ ਪੱਠੇ ਆਪਣੇ ਬੱਕਰੀਆਂ ਵਾਸਤੇ ਠੀਕ ਆ ਬਾਬਾ ਫਿਰ ਅਤੇ ਮੈਂ ਤਾਂ ਉਹੀ ਹਜੇ ਪਾਣੀ ਲਾਉਣ ਡਿਆ ਵਾਂ ਅਤੇ ਆ ਪਾਣੀ ਆਪਾਂ ਆਪਣੇ ਖਾਲੀ ਹੋਏ ਉਹਦੇ ਵਿੱਚ ਪਾਣੀ ਪਾਉਣਾ
ਚੱਲਦੇ ਹਾਂ ਅਸੀਂ ਜਾ ਕੇ ਵੇਖਦੇ ਹਾਂ ਬਾਬਾ ਜੀ ਉਹ ਜਾ ਰਿਹਾ ਅੱਗੇ ਪਾਸੇ ਲੈ ਕੇ ਅਤੇ ਫਿਰ ਠੀਕ ਹੋ ਗਿਆ ਮੈਂ ਚੱਲਦਾ ਦੁਬਾਰਾ ਵੇਖਣ ਮੁੜ ਕੇ ਬੁਆ ਗਿਆ ਪ੍ਰਭੂ ਨੇ ਨਾਲ ਮੈਂ ਡੀਜ਼ਲ ਮਿਲਣ ਲੱਗਾ ਅਤੇ ਡੀਜ਼ਲ ਘੱਟ ਤੇ ਜਾਂ ਘੱਟ ਤੋਂ ਨਹੀਂ ਗਿਆ ਘੱਟ ਗਿਆ ਡੀਜ਼ਲ ਚੈੱਕ ਕਰ ਲਿਆ ਡੀਜ਼ਲ ਹੈਗਾ ਮੈਂ ਕਿਹਾ ਬਥੇਰਾ ਇੱਥੇ ਨਹੀਂ ਮੁੱਕਦਾ ਅੱਠ ਨੌ ਉਂਗਲਾਂ ਹੈਗਾ ਡੀਜ਼ਲ ਦੋਸਤੋ ਸ਼ਾਮ ਦੇ 6:20 ਹੋ ਗਏ ਆ ਅਤੇ ਆਖਰੀ ਕਿਆਰਾ ਹੋ ਗਿਆ ਅੱਧ ਤੀਕਰ ਅਤੇ ਸ਼ਾਮ ਦੇ ਤਕਰੀਬਨ 6:20 ਹੋ ਗਏ ਆ ਅਤੇ ਅਸੀਂ ਤਕਰੀਬਨ ਥੋੜ੍ਹਾ ਜਿਹਾ ਕਿਆਰਾ ਰਹਿ ਗਿਆ ਅਤੇ ਇਹ ਮੁਕਾ ਕੇ ਅਤੇ ਤਕਰੀਬਨ ਅੱਧਾ ਘੰਟਾ ਲੱਗੇਗਾ ਹੋਰ ਅਸੀਂ ਚੱਲਣਾ ਅਤੇ ਆਖਰ 'ਤੇ ਆ ਕਿ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਅਤੇ ਆਪਣਾ ਖਿਆਲ ਰੱਖਿਓ ਜੇ ਅੱਲਾ ਹਾਫਿਜ਼।